ਦੱਸਦੀ ਕਿ ਪੰਜਾਬੀ ਗਾਇਕੀ ਦੇ ਪੇੜ ਵਿੱਚ ਬਹੁਤ ਸਾਰੇ ਅਜਿਹੇ ਗਾਇਕ ਤੇ ਗਾਇਕਾਵਾਂ ਨੇ ਜਿਨ੍ਹਾਂ ਦੇ ਨਾਂ ਰਿਕਾਰਡ ਬੋਲਦੇ ਨੇ ਪੰਜਾਬੀ ਲੋਕ ਗਾਇਕੀ ਦੇ ਅਜਿਹੇ ਗਾਇਕ ਸ਼ਾਨ ਹੁੰਦੇ ਨੇ ਅੱਜ ਵੀ ਲੋਕ ਅਜਿਹੇ ਗਾਇਕਾਂ ਨੂੰ ਮਨਾਂ ਦੇ ਵਿੱਚ ਸਮੋਈ ਬੈਠੇ ਨੇ ਅਜਿਹਾ ਹੀ ਇੱਕ ਨਾਂ ਸਦਾ ਬਹਾਰ ਗਾਇਕਾ ਗੁਰਮੀਤ ਬਾਵਾ ਦਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਦੋ ਤਿਹਾਈ ਵਰੇ ਪੰਜਾਬੀ ਲੋਕ ਗਾਇਕੀ ਨੂੰ ਸਮਰਪਿਤ ਕੀਤੇ ਨੇ ਉਹਨਾਂ ਬੜੇ ਜੋਸ਼ੋ ਖਰੋਸ਼ ਨਾਲ ਪੰਜਾਬੀ ਗਾਇਕ ਦੇ ਪੇੜ ਵਿੱਚ ਮੱਲਾਂ ਮਾਰੀਆਂ ਤੇ ਜੋ ਸਾਡੇ ਵਿੱਚ ਹੁਣ ਨਹੀਂ ਰਹੇ ਜੇਕਰ ਉਹਨਾਂ ਦੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਸੰਗੀਤਕ ਮਾਹੌਲ ਨਹੀਂ ਸੀ ਇਹ ਸੌਗਾਤ ਉਹਨਾਂ ਨੂੰ ਪਰਮਾਤਮਾ ਦੇ ਵੱਲੋਂ ਮਿਲੀ ਸੀ ਫਿਰ ਜਦੋਂ ਸਰਕਾਰੀ ਸਕੂਲ ਦੇ ਵਿੱਚ ਬਤੌਰ ਅਧਿਆਪਕ ਆ ਉਹਨਾਂ ਨੇ ਇੱਕ ਵਾਰ ਸਕੂਲ ਦੇ ਵਿੱਚ ਗੀਤ ਗਾਇਆ ਤਾਂ ਉੱਥੇ ਸਕੂਲ ਵਿੱਚ ਅਧਿਆਪਕ ਦੇ ਤੌਰ ਤੇ ਕੰਮ ਕਰਨ ਵਾਲੇ ਕਿਰਪਾਲ ਸਿੰਘ ਨੂੰ ਉਹਨਾਂ ਦੀ ਜਿਹੜੀ ਗਾਇਕੀ ਸੀ ਉਹ ਪਸੰਦ ਆਈ ਜਿਸ ਤੋਂ ਬਾਅਦ ਉਹ ਉਹਨਾਂ ਦੇ ਹਮਸਫ਼ਰ ਬਣੇ ਤੇ ਉਹਨਾਂ ਦੇ ਉਸਤਾਦ ਵੀ ਬਣੇ ਬਾਬਾ ਤਖਲਸ ਬਾਰੇ ਉਹਨਾਂ ਨੇ ਕਿਹਾ ਸੀ ਕਿ ਇਹ ਤਖਲਸ ਉਹਨਾਂ ਨੂੰ ਉਹਨਾਂ ਦੇ ਪਿਤਾ ਉਹਨਾਂ ਦੇ ਪਤੀ ਨੇ ਦਿੱਤਾ ਸੀਗਾ ਜੋ ਕਿ ਬਹੁਤ ਵਧੀਆ ਖੋਦੀ ਲੋਕ ਗਾਇਕ ਸਨ ਗੁਰਮੀਤ ਬਾਵਾ ਨੂੰ ਉਹਨਾਂ ਦੇ ਪਤੀ ਪੰਜਾਬੀ ਫੋਕ ਗਾਇਕ ਹੋਣ ਕਾਰਨ ਉਹਨਾਂ ਨੂੰ ਵੀ ਫੋਕ ਗਾਇਕੀ ਗਾਉਣ ਦੇ ਲਈ ਤਰਜੀਹ ਦਿੱਤੀ ਫਿਰ ਉਹਨਾਂ ਨੇ ਅਲਗੋਜ਼ੇ ਢੋਲਕੀ ਚਿਮਟਾ ਤੇ ਤੂੰਬੀ ਆਦਿ ਪੁਰਾਤਨ ਸਾਜ਼ਾਂ ਨਾਲ ਗਾਉਣ ਵਿੱਚ ਮਹਾਰਤ ਹਾਸਲ ਕੀਤੀ ਗੁਰਮੀਤ ਬਾਵਾ ਦਾ ਗਾਇਕੀ ਦਾ ਸਫ਼ਰ 1968 ਵਿੱਚ ਸ਼ੁਰੂ ਹੋਇਆ ਗੁਰਮੀਤ ਬਾਵਾ ਦੀ ਦੁਗਾਣਾ ਗਾਇਕੀ ਬਾਰੇ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣੇ ਪਤੀ ਕਿਰਪਾਲ ਬਾਵਾ ਨਾਲ ਕੁੱਝ ਕੁ ਦੁਗਾਉਣੇ ਗਾਣੇ ਜਿਹੜੇ ਨੇ ਉਹੀ ਗਾਏ ਉਹ ਪਹਿਲੀ ਵਾਰ 1970 ਵਿੱਚ ਰੂਸ ਵਿਖੇ ਸ਼ੋਅ ਪੇਸ਼ ਕਰਨ ਲਈ ਗਏ ਸਨ ਗੁਰਮੀਤ ਬਾਵਾ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਸਨ ਕਿ ਦੂਰਦਰਸ਼ਨ ਜਲੰਧਰ ਤੇ ਗਾਉਣ ਵਾਲੇ ਉਹ ਪਹਿਲੀ ਗਾਇਕ ਸਨ ਅਤੇ ਉਹਨਾਂ ਵੱਲੋਂ ਗਾਈ ਜੁਗਨੀ ਅੱਜ ਵੀ ਸਰੋਤਿਆਂ ਵੱਲੋਂ ਸਲਾਹੀ ਜਾਂਦੀ ਹੈ ਜ਼ਿਕਰਯੋਗ ਹੈ ਕਿ ਗੁਰਮੀਤ ਬਾਵਾ ਦੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੇ ਹਿੰਦੁਸਤਾਨ ਤੇ ਪਾਕਿਸਤਾਨ ਸਰਹੱਦ ਤੇ ਮਸ਼ਹੂਰ ਪਾਕਿਸਤਾਨੀ ਗਾਇਕ ਆਲਮ ਲੋਹਾਰ ਨਾਲ ਵੀ ਜੁਗਨੀ ਗਾਈ ਹੈ ਗੁਰਮੀਤ ਬਾਵਾ ਲੰਬੀ ਹੇਕ ਗਾਉਣ ਵਾਲੀ ਲਈ ਉਹ ਜਾਣੇ ਜਾਂਦੇ ਨੇ ਉਹਨਾਂ ਨੇ 45 ਸੈਕਿੰਡ ਦੀ ਹੇਕ ਲਗਾ ਕੇ ਰਿਕਾਰਡ ਵੀ ਬਣਾਇਆ ਹੋਇਆ ਗੁਰਮੀਤ ਬਾਵਾ ਨੇ ਹੁਣ ਤੱਕ ਅਨੇਕਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਫਲ ਸਟੇਜ ਸ਼ੋਅ ਲਗਾਏ ਉਹਨਾਂ ਨੂੰ ਸਰਕਾਰ ਨੇ ਬਾਹਰ ਵੀ ਸ਼ੋਅ ਲਗਾਉਣ ਲਈ ਭੇਜਿਆ ਚੰਗੀ ਗਾਇਕੀ ਲਈ ਗੁਰਮੀਤ ਬਾਵਾ ਦੀ ਝੋੜੀ ਤੋਂ ਹੁਣ ਤੱਕ ਕਈ ਪੁਰਸਕਾਰ ਜਿਹੜੇ ਨੇ ਉਹ ਪਏ ਨੇ ਜਦੋਂ ਮਾਣਮਤੀ ਗਾਇਕਾ ਕੰਨ ਤੇ ਹੱਥ ਧਰ ਕੇ ਤੇ ਹੇਕ ਲਗਾ ਕੇ ਗਾਉਂਦੇ ਸਨ ਤਾਂ ਸਾਹਮਣੇ ਬੈਠੇ ਸ਼ਰੋਤੇ ਅਸ਼ ਅਸ਼ ਕਰਦੇ ਉੱਠਦੇ ਸਨ ਆਪਣੀ ਜ਼ਿੰਦਗੀ ਦੇ ਤਕਰੀਬਨ 5 ਦਹਾਕੇ ਗਾਇਕੀ ਲੇਖੇ ਲਾਉਣ ਵਾਲੀ ਪੰਜਾਬੀ ਦੀ ਸ਼ਾਨ ਗਾਇਕਾ ਗੁਰਮੀਤ ਬਾਵਾ ਨੇ ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਦੀ ਅਥਾਹ ਸੇਵਾ ਕੀਤੀ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਅੰਮ੍ਰਿਤਸਰ ਵਿਖੇ ਦੇਹਾਂਤ ਹੋ ਗਿਆ ਨਿੱਜੀ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਤੇ ਕਿੰਨਾ ਪੂਰਾ ਹੋਣ ਵਾਲਾ ਜੋ ਘਾਟਾ ਹੈ ਉਹਨਾਂ ਦੇ ਦੇਹਾਂਤ ਨਾਲ ਪਿਆ ਕੁੜੀ ਉਹ ਜਦ ਮੈਂ ਪਾਈ ਸਾਹਿਲ ਦੇ ਨਾਂ ਦੀ ਬੋਲੀ ਅੱਛਾ